ਮੰਨਤ ਨੂੰ ਯਾਦ ਕਰਦਿਆਂ ਖੂਨਦਾਨ ਕੈਂਪ ਲਗਾਇਆ ਗਿਆ। ਮੰਨਤ ਬਲੱਡ ਡੋਨੇਟ ਸੁਸਾਇਟੀ ਬਰਗਾੜੀ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਗੁਰਪਿਆਰ ਸਿੰਘ ਸੋਨੀ ਨੇ ਕੀਤੀ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਹਰਬੰਸ ਸਿੰਘ ਚੌਂਕੀ ਇੰਚਾਰਜ ਅਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ। ਇਸ ਸਮੇਂ ਗੁਰਪਿਆਰ ਸਿੰਘ ਸੋਨੀ ਨੇ ਕਿਹਾ ਕਿ ਮੰਨਤ ਉਹਨਾਂ ਦੀ ਲੜਕੀ ਸੀ, ਜਿਸ ਦੀ 12 ਮਾਰਚ 2018 ਨੂੰ ਏ ਪਲਾਸਟਿਕ ਅਨੀਮੀਆ ਕਾਰਨ ਮੌਤ ਹੋ ਗਈ ਸੀ। ਬੇਸ਼ੱਕ PGI ਚੰਡੀਗੜ੍ਹ ਵਿਖੇ ਉਹਨਾਂ ਦਾ ਕਰੀਬ 6 ਮਹੀਨੇ ਇਲਾਜ ਚੱਲਿਆ, ਪਰੰਤੂ ਖੂਨ ਨਾ ਬਣਨ ਕਾਰਨ ਉਸ ਦੀ ਮੌਤ ਹੋ ਗਈ। ਅੱਜ 5 ਜੁਲਾਈ ਨੂੰ ਮੰਨਤ ਦਾ ਜਨਮ ਦਿਨ ਸੀ, ਜਿਸ ਨੂੰ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ। ਇਸ ਸਮੇਂ ਕੌਂਸਲਰ ਮਨਜੋਤ ਕੌਰ ਗੁਲਾਟੀ ਨੇ ਕਿਹਾ ਕਿ ਸਾਡੇ ਵੱਲੋਂ ਦਾਨ ਕੀਤਾ ਖੂਨ ਕਿਸੇ ਮਰ ਰਹੇ ਵਿਅਕਤੀ ਦੀ ਜਾਨ ਬਚਾਉਂਦਾ ਹੈ, ਜਿਸ ਨਾਲ ਅਸੀਂ ਉਸ ਪਰਿਵਾਰ ਦੀਆਂ ਅਸੀਸਾਂ ਦੇ ਨਾਲ ਨਾਲ ਮਾਨਵਤਾ ਦੀ ਸੇਵਾ ਕਰਦੇ ਹਾਂ। ਇਸ ਸਮੇਂ ਡਾਕਟਰੀ ਟੀਮ 'ਚ ਬਲੱਡ ਬੈਂਕ ਇੰਚਾਰਜ ਡਾਕਟਰ ਰਮੇਸ਼ ਕੁਮਾਰ ਅਤੇ ਸਮੂਹ ਟੀਮ ਨੇ ਕਰੀਬ 30 ਯੂਨਿਟ ਖੂਨਦਾਨ ਇਕੱਠਾ ਕੀਤਾ। ਇਸ ਮੌਕੇ ਜਸਵੀਰ ਸਿੰਘ ਜੱਸੀ ਜੱਸਾ ਮੈਡੀਕਲ ਹਾਲ ਬਰਗਾੜੀ, ਸੀਨੀਅਰ ਕਾਂਗਰਸੀ ਆਗੂ ਪ੍ਰੀਤਪਾਲ ਸਿੰਘ ਭਲੂਰੀਆ, ਅਜੇਪਾਲ ਸਿੰਘ, ਡਾਕਟਰੀ ਟੀਮ 'ਚ ਸਮੂਹ